ਇੰਟਰਨੈਸ਼ਨਲ ਸਟੂਡੈਂਟ ਆ ਆਪਣੇ ਪੰਜਾਬ ਤੋਂ ਆਉਂਦੇ ਆ ਜਾਂ ਜਿਹੜੇ ਇੰਡੀਆ ਤੋਂ ਆਉਂਦੇ ਆ ਕਿਸੇ ਵੀ ਸਟੇਟ ਤੋਂ, ਉਹਨਾਂ ਨਾਲ ਧੱਕਾ ਬੜਾ ਹੋ ਰਿਹਾ, ਡਿਸਕ੍ਰਿਮੀਨੇਸ਼ਨ ਹੋ ਰਿਹਾ, ਉਹਨਾਂ ਨੂੰ ਬੇਮਤਲਬ ਤੋਂ ਫੇਲ ਕੀਤਾ ਜਾ ਰਿਹਾ ਆ। ਮੇਰੇ ਕੋਲੇਜ ਦੀ ਗੱਲ ਆ, ਮੈਂ ਨਾਮ ਨਹੀਂ ਲਊਂਗਾ ਆਪਣੇ ਕੋਲੇਜ ਦਾ, ਉੱਥੇ ਵੀ ਇਹ ਚੀਜ਼ ਹੋਈ। ਇੱਕ ਪਰਟੀਕੁਲਰ ਸਬਜੈਕਟ 'ਚ ਇੱਕ ਪਰਟੀਕੁਲਰ ਪ੍ਰੋਫੈਸਰ ਨੇ ਬੱਚਿਆਂ ਨੂੰ ਬੇਮਤਲਬ ਤੋਂ ਫੇਲ ਕੀਤਾ, ਉਹਨਾਂ ਨਾਲ ਧੱਕਾ ਕੀਤਾ। ਜੇ ਕਹੋਗੇ ਵੀ ਹੋ ਸਕਦਾ ਬੱਚਿਆਂ ਦੀ ਗਲਤੀ ਹੋਵੇ, ਤਾਂ ਨਹੀਂ, ਮੈਨੂੰ ਵੀ ਪਹਿਲਾਂ ਐਂ ਲੱਗਾ ਸੀ। ਅੱਜ ਹੀ ਸ਼ਾਮ ਮੇਰੀ ਫਰੈਂਡ ਨਾਲ ਗੱਲ ਹੋਈ, ਸਰੀ ਰਹਿੰਦੀ ਆ ਉਹ, ਠੀਕ ਆ, ਉਹਨੇ ਮੈਨੂੰ ਸੇਮ ਕੇਸ ਐਕਸਪਲੇਨ ਕੀਤਾ ਵੀ ਸਾਰੇ ਇੰਡੀਅਨ ਸਟੂਡੈਂਟ ਨੂੰ ਬੇਮਤਲਬ ਤੋਂ ਫੇਲ ਕੀਤਾ ਪ੍ਰੋਫੈਸਰ ਨੇ। ਗੋਰਾ ਪ੍ਰੋਫੈਸਰ ਸੀ, ਠੀਕ ਆ, ਬਾਕੀ ਸਾਰੇ ਬੱਚੇ ਉਹਨੇ ਪਾਸ ਕੀਤੇ ਜਿਹੜੀਆਂ ਬਾਕੀ ਕੰਟਰੀਜ਼ ਤੋਂ ਸੀ ਜਾਂ ਇੱਥੋਂ ਦੇ ਕੈਨੇਡੀਅਨ ਸੀ। ਸਿਰਫ ਇੰਡੀਅਨਸ ਨਾਲ ਧੱਕਾ ਹੋਇਆ, ਜੇ ਇੰਡੀਅਨ ਕੋਈ ਡਾਊਟ ਵੀ ਪੁੱਛ ਲਿਆ ਉਹਨੂੰ ਸ਼ਟ ਅਪ ਕਹਿ ਦਿੰਦਾ ਉਹ ਪ੍ਰੋਫੈਸਰ। ਨਾ ਹਾਇਰ ਅਥੋਰਿਟੀਜ਼ ਉਹਨਾਂ ਦੀਆਂ ਸੁਣਦੀਆਂ, ਅਤੇ ਨਾ ਹੀ ਕੋਈ ਪ੍ਰੋਗਰਾਮ ਕੋਆਰਡੀਨੇਟਰ ਉਹਨਾਂ ਲਈ ਕੁਛ ਕਰਦਾ। ਹੁਣ ਸਟੂਡੈਂਟ ਜਾਣ ਤਾਂ ਕਿੱਥੇ ਜਾਣ, ਕੋਈ ਸੌਖਾ ਥੋੜ੍ਹਾ ਪਿਆ ਸਪਲੀਆਂ ਦੀਆਂ ਫੀਸਾਂ ਭਰਨੀਆਂ, ਕੌਣ ਇਹਦਾ ਜ਼ਿੰਮੇਵਾਰ ਆ? ਥੋੜ੍ਹੀ ਜਿਹੀ ਅਵੇਅਰਨੈਸ ਲਈ ਇਸ ਵੀਡੀਓ ਨੂੰ ਸ਼ੇਅਰ ਕਰ ਦਿਉ, ਲੋਕਾਂ ਨੂੰ ਪਤਾ ਤਾਂ ਚੱਲ ਸਕੇ ਵੀ ਸਟੂਡੈਂਟਸ ਦੇ ਨਾਲ ਹੋ ਕੀ ਰਿਹਾ। ਮੈਨੂੰ ਨਹੀਂ ਪਤਾ ਇਸ ਮੁੱਦੇ 'ਤੇ ਕੋਈ ਹੋਰ ਬੰਦਾ ਬੋਲਦਾ ਜਾਂ ਨਹੀਂ ਬੋਲਦਾ, ਮੈਂ ਖੁਦ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਇਸ ਕੰਟਰੀ 'ਚ ਆਇਆ, ਮੇਰਾ ਫਰਜ਼ ਆ, ਠੀਕ ਆ, ਮੈਂ ਅੱਜ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਆ, ਇਸ ਮੁੱਦੇ 'ਤੇ ਬੋਲਾਂ, ਠੀਕ ਆ, ਕੋਈ ਹੋਰ ਬੋਲੇ ਨਾ ਬੋਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ, ਇਹ ਸ਼ਰੇਆਮ ਧੱਕਾ ਹੋ ਰਿਹਾ ਸਟੂਡੈਂਟਸ ਨਾਲ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।